ਹਾਂਜੀ ਦੋਸਤੋ 5 ਵਜੇ ਲਾਈਵ ਹੋ ਕੇ ਕੈਪਟਨ ਅਮਨਦ ਸਿੰਘ ਨੇ ਕਰ ਦਿੱਤਾ ਇਹ ਵੱਡਾ ਐਲਾਨ ਦੇਵਾਂਗੇ ਤੁਹਾਨੂੰ ਇਸ ਦੀ ਸਾਰੀ ਜਾਣਕਾਰੀ ਇਸ ਲਈ ਆਪਣਾ ਜੋੜੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਗੱਲਬਾਤ ਕਰਦੇ ਹਾਂ ਜੀ ਇਸ ਐਲਾਨ ਬਾਰੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੁੱਧਵਾਰ ਸ਼ਾਮ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਦੇ ਖਿਲਾਫ ਲੜਨ ਲਈ ਰਾਜ ਦੇ ਹੁਣ ਤੱਕ ਹੋਏ 501.7 ਕਰੋੜ ਰੁਪਏ ਖਰਚ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਸੂਬਾ ਸਰਕਾਰ ਨੇ ਕੋਵਿਡ ਵਿਰੁੱਧ ਲੜਾਈ ਦੇ ਵਿੱਚ ਸੂਬਾਈ ਆਫ਼ਤ ਪ੍ਰਬੰਧਨ ਫੰਡ ਅਤੇ ਬਜਟ ਸਰੋਤਾਂ ਦੇ ਵਿੱਚੋਂ ਕੁੱਲ 470 ਕਰੋੜ ਦੇ ਫੰਡ ਅਲਾਟ ਕੀਤੇ ਜਿਨ੍ਹਾਂ ਵਿੱਚੋਂ 90.42% ਖਰਚਾ ਜਾ ਚੁੱਕੇ ਨੇ ਸਰਕਾਰੀ ਬੁਲਾਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 501.7 ਕਰੋੜ ਰੁਪਏ ਵਿੱਚੋਂ 76.7 ਕਰੋੜ ਰੁਪਏ ਸਿਹਤ ਸੈਕਟਰ ਦੀ ਪ੍ਰਤੀਕਿਰਿਆ ਅਤੇ ਖਰੀਦ ਕਮੇਟੀ ਨੇ ਵਾਕਵਾਕ ਉਪਕਰਨਾਂ ਦੀ ਖਰੀਦ ਅਤੇ ਰਾਹਤ ਲਈ ਖਰਚੇ ਨੇ ਜਦਕਿ 425 ਕਰੋੜ ਰੁਪਏ ਵਾਕਵਾਕ ਪਾਗਾ ਵੱਲੋਂ ਸਟੇਜ ਡਿਜਾਸਟਰ ਰਿਸਪਾਂਸ ਫੰਡ ਅਤੇ ਬਜਟ ਦੇ ਸਰੋਤਾਂ ਦੇ ਵਿੱਚੋਂ ਮਹਾਮਾਰੀ ਦੇ ਪ੍ਰਬੰਧਨ ਉੱਤੇ ਕਾਬੂ ਪਾਉਣ ਦੇ ਲਈ ਖਰਚੇ ਗਏ ਨੇ ਇਹ ਫੰਡ ਕੋਵਿਡ ਦੇ ਪ੍ਰਬੰਧਨ ਅਤੇ ਕੰਟਰੋਲ ਕਰਨਾ ਅਤੇ ਟੈਸਟਿੰਗ ਵਧਾਉਣ ਲਈ ਅਲਾ ਦਰਜੇ ਦੇ ਉੱਲ ਦਰਜੇ ਦੇ ਉਪਕਰਨ ਖਰੀਦਣ ਅਤੇ ਫਰੰਟ ਲਾਈਨ ਵਰਕਰਾਂ ਲਈ ਸੁਰੱਖਿਆ ਉਪਕਰਨਾਂ ਦਾ ਪ੍ਰਬੰਧ ਕਰਨ ਸਮੇਤ ਸਿਹਤ ਤੇ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਦੇਖਪਾਲ ਦੀ ਲੋੜ ਤੇ ਨਿਰਪਰ ਲੈਵਲ 1 2 ਅਤੇ 3 ਵਜੋਂ ਮਨ ਨੀਤੀ ਸਿਹਤ ਸੇਵਾਵਾਂ ਅਤੇ ਬਿਹਤਰ ਪ੍ਰਬੰਧਨ ਕਾਇਮ ਕਰਨ ਤੇ ਖਰਚੇ ਗਏ ਨੇ ਤਾਂ ਕਿ ਲੋਕਾਂ ਨੂੰ ਰਾਹਤ ਮਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ ਤਾਂ ਦੋਸਤੋ ਇਸੇ ਕੀ ਆਪਣੀ ਸਮੇਂ ਦੀ ਖਾਸ ਜਾਣਕਾਰੀ ਸਾਡੇ ਦ્વાਰ ਦਿੱਤੀ ਜਾਣ ਕੇ ਤੁਹਾਨੂੰ ਕਿਦਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ ਹੋਣ ਦੇ ਲਈ ਇਨਾਈ ਧੰਨਵਾਦ ਦੋਸਤੋ